ਮੈਂ ਤੁਹਾਡਾ ਆਪਣਾ ਸੀਜੇ ਸਿੰਘ ਗੱਲਬਾਤ ਕਰ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਦਿਨੋ ਦਿਨ ਨਾਬੇ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਐਮਸੀ ਭਾਈਚਾਰਾ ਆਮ ਆਦਮੀ ਪਾਰਟੀ ਦਿਨੋ ਦਿਨ ਜੁਆਇਨ ਕਰ ਰਿਹਾ ਤੇ ਦੂਜੇ ਪਾਸੇ ਹੀ ਗੱਲਬਾਤ ਕਰੀਏ ਵਾਰਡ ਨੰਬਰ 7 ਦੇ ਮੌਂਟੂ ਪੂਜਾ ਐਮਸੀ ਉਹਨਾਂ ਨੇ ਵੀ ਆਮ ਆਦਮੀ ਪਾਰਟੀ ਹਾਲੀ ਦੇ ਵਿੱਚ ਹੀ ਜੁਆਇਨ ਕੀਤੀ ਹੈ ਗੱਲਬਾਤ ਕਰਦੇ ਆਂ ਕੀ ਕਾਰਨ ਸੀ ਅਤੇ ਕਿਉਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਦੱਸਿਆ ਜਾਵੇ ਕਿ ਪਹਿਲਾਂ ਇਹਨਾਂ ਦੇ ਵੱਲੋਂ ਵੀ ਐਮਸੀ ਦੀ ਚੋਣ ਆਜ਼ਾਦ ਜਿੱਤੀ ਗਈ ਸੀ ਹਾਲਾਂ ਉਸ ਤੋਂ ਬਾਅਦ ਕੀ ਇਹ ਕਾਂਗਰਸ ਦੇ ਵਿੱਚ ਆ ਗਏ ਸੀ ਪਰ ਅੱਜ ਥੋੜੇ ਹੀ ਟਾਈਮ ਪਹਿਲਾਂ ਇਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਜੁਆਇਨ ਕਰ ਲਈਤੀ ਗਈ ਹੈ ਕੀ ਗੱਲਬਾਤ ਹੈ ਪੂਰੀ ਗੱਲਬਾਤ ਜਾਣਗਰ ਪਰ ਸਵਾਗਤ ਹੈ ਸਰ ਪੰਜਾਬ ਟੀਵੀ ਤੇ ਤੁਹਾਡਾ ਬੱਗਾ ਜੀ ਤੁਹਾਡਾ ਵੈਲਕਮ ਕਰਦੇ ਆਂ ਸਾਡੇ ਕੋਲ ਤੁਸੀਂ ਪਹੁੰਚੇ ਸਹੀ ਕਹਿਣਾ ਚਾਹਨਾ ਸੀ ਜੀ ਮਤਲਬ ਕਿ ਚਲੋ ਵਧੀਆ ਆਪਾਂ ਚਲੋ ਤੁਸੀਂ ਆਏ ਗੱਲਬਾਤ ਆਪਾਂ ਕੀਤੀ ਔਰ ਮੈਂ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹਨਾ ਦੇਖੋ ਉਹਨਾਂ ਨੇ ਮੈਨੂੰ ਆਜਾਜ ਜਤਾਇਆ ਜਿਸ ਮੁਕਾਮ ਤੇ ਜੇ ਮੈਂ ਪਹੁੰਚਿਆ ਤਾਂ ਉਹਨਾਂ ਦੀ ਬਦੌਲਤ ਹੈ ਤੇ ਉਹਨਾਂ ਨਾਲ ਹੀ ਮੈਨੇ ਜਦੋਂ ਡਿਸਕਸ ਕੀਤੀ ਵੀ ਹੈ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੈ ਉਹ ਕਹਿੰਦੇ ਬਸ ਹੁਣ ਤੂੰ ਮੈਂਟਰ ਲਾ ਬਸ ਟਾਈਮ ਨਾਲ ਲਾ ਖਰਾਬ ਕਰ ਵੀ ਫਟਾਫਟ ਬਸ ਸਾਨੂੰ ਤੂੰ ਮੈਂਟੂ ਤੂੰ ਪਾਰਟੀ ਜੁਆਇਨ ਕਰ ਸਾਨੂੰ ਤਾਂ ਓਵੇਂ ਤੂੰ ਪਹਿਲਾਂ ਸੀ ਓਵੇਂ ਹੀ ਹੋਣਾ ਤੇ ਸਾਨੂੰ ਦਾ ਬਸ ਐ ਵੀ ਰਲ ਮਿਲ ਕੇ ਅਸੀਂ ਤਰ੍ਹਾਂ ਸਾਥ ਪਹਿਲਾਂ ਵੀ ਦਿੱਤਾ ਹੁਣ ਵੀ ਦਿੱਤਾ ਤੇ ਛੇਤੀ ਜਿੱਥੇ ਜਿਹੜੇ ਜਿਹੜੇ ਕੋਈ ਕੰਮ ਰਹਿੰਦੇ ਨੇ ਆਪਣੇ ਕਰਾਓ ਨਾਲ ਨਾਲ ਕੇ ਪਿਛਲੇ ਇਲੈਕਸ਼ਨਾਂ ਹੋ ਕੇ ਹਟਿਆ ਨੇ ਵਿਧਾਨ ਸਭਾ ਦੀਆਂ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਆਮ ਆਦਮੀ ਪਾਰਟੀ ਨੇ ਸਾਡੇ ਸ਼ਹਿਰ ਤੋਂ ਵੀ ਜਿੱਤ ਪ੍ਰਾਪਤ ਕੀਤੀ ਔਰ ਪੂਰੇ ਪੰਜਾਬ ਦੇ ਵਿੱਚ ਆਪਾਂ ਨੂੰ ਪਤਾ ਵੀ ਇੱਕ ਇਤਿਹਾਸਿਕ ਜਿੱਤ ਹੋਈ ਆ ਜਿਹੜੇ ਕਿ 92 93 ਸੀਟਾਂ ਆਈਆਂ ਨੇ ਆਮ ਆਦਮੀ ਪਾਰਟੀ ਨੂੰ ਔਰ ਦੂਜਾ ਮੈਂ ਇਹ ਦੇ ਕਹਿਣਾ ਚਾਹੂੰਗਾ ਤੁਹਾਨੂੰ ਜਿਹੜੇ ਆਪਣੇ ਸ਼ਹਿਰ ਦੇ ਸਾਡੇ ਹਰਮਨ ਪਿਆਰੇ ਨੇਤਾ ਨੇ ਦੇਵਮਾਨ ਜੀ ਜਿਹੜੀ ਕਿ ਬਹੁਤ ਹੀ ਜ਼ਿਆਦਾ ਬਹੁਮਤ ਨਾਲ ਜਿੱਤੇ ਨੇ ਤੇ ਉਹਨਾਂ ਦੇ ਮੈਨੇ ਜਦੋਂ ਕੰਮ ਕਰਨ ਦਾ ਦੇਖਿਆ ਤਰੀਕਾ ਦੇਖਿਆ ਔਰ ਇਲੈਕਸ਼ਨ ਤੋਂ ਪਹਿਲਾਂ ਵੀ ਉਹ ਚਲੋ ਸਾਡੇ ਸ਼ਹਿਰ ਚ ਪੂਰੀ ਆਪਣੀ ਸੇਵਾ ਨਿਭਾ ਰਹੇ ਸੀਗੇ ਤੇ ਹੁਣ ਵੀ ਉਹਨਾਂ ਦੇ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਉਹਨਾਂ ਤੋਂ ਪੁੱਛ ਗੱਲਬਾਤ ਚ ਮੈਨੇ ਪੁੱਛਿਆ ਤੇ ਉਹਨਾਂ ਨੇ ਵਿਸ਼ਵਾਸ ਜਿਹੜੀ ਗੱਲ ਵਿਸ਼ਵਾਸ ਦਲਾਇਆ ਵੀ ਮੈਂ ਆਪਣੇ ਸ਼ਹਿਰ ਦੀ ਬਿਹਤਰੀ ਲਈ ਵੀ ਆਪਾਂ ਰਲ ਮਿਲ ਕੇ ਵੱਧ ਤੋਂ ਵੱਧ ਕੰਮ ਕਰਾਂਗੇ ਔਰ ਮੈਂ ਦੇਖ ਰਿਹਾ ਉਹਨਾਂ ਦੇ ਕੰਮ ਕਰਨ ਦਾ ਤਰੀਕਾ ਸਟਾਈਲ ਅਨੋਖਾ ਤਰੀਕਾ ਜਿਵੇਂ ਕਿ ਆਪਾਂ ਹਰ ਬੰਦਾ ਆਪਣੇ ਜਿਵੇਂ ਅਸੀਂ ਲਾ ਲੋ ਐਮਸੀ ਆਪਣੇ ਵਾਰਡ ਨੂੰ ਅਸੀਂ ਇੰਨਾ ਪਿਆਰ ਕਰਦੇ ਆ ਅਸੀਂ ਚਾਹੁੰਦੇ ਆ ਵੀ ਸਾਡੇ ਵਾਰਡ ਦੇ ਵਿੱਚ ਕੋਈ ਗਲੀ ਕੋਈ ਨਾਲੀ ਜਿਹੜੀ ਅੰਡਰਗਰਾਉਂਡ ਹੋਣੀ ਚਾਹੀਦੀ ਹੈ ਸਾਫ ਸੁਥਰਾ ਰਹਿਣਾ ਚਾਹੀਦਾ ਸ਼ਹਿਰ ਤਾਂ ਉਹਨਾਂ ਨਾਲ ਜਦੋਂ ਗੱਲ ਕਰੀਓ ਆਪਣੇ ਸ਼ਹਿਰ ਵਾਸਤੇ ਇਹ ਸੋਚ ਲੈ ਕੇ ਆਏ ਨੇ ਵੀ ਸ਼ਹਿਰ ਨੂੰ ਸਾਫ ਸੁੰਦਰ ਤੋਂ ਸੁੰਦਰ ਬਣਾਣਾ ਹੈਗਾ ਗ੍ਰੀਨ ਸਿਟੀ ਬਣਾਣਾ ਹੈਗਾ ਨਾਬੇ ਨੂੰ ਜਿਹੜਾ ਕਿ ਆਪਾਂ ਪੁਰਾਣੇ ਟਾਈਮ ਟਾਈਮ 'ਚ ਦੇਖਦੇ ਹੁੰਦੇ ਤੇ ਕਿੰਨੀ ਸ਼ਹਿਰ ਦੇ ਵਿੱਚ ਹਰਿਆਲੀ ਸੀ ਕਿੰਨਾ ਵਧੀਆ ਸੀ ਆਪਣਾ ਸ਼ਹਿਰ ਜਿਹੜਾ ਗਿਣਿਆ ਜਾਂਦਾ ਸੀ ਜਾਮਨ ਵਾਲੀਆਂ ਸੜਕਾਂ ਸਾਡੇ ਨਾਬੇ ਸੀਗੀਆਂ ਅੰਬ ਵਾਲੀਆਂ ਸੜਕਾਂ ਸੀਗੀਆਂ ਤੂਤਾਲੀਆਂ ਸੜਕਾਂ ਸੀ ਉਹ ਨਾਮ ਕਿੱਥੇ ਕੇ ਖਤਮੇ ਹੋ ਗਏ ਤੇ ਇਸ ਤਰ੍ਹਾਂ ਦੀਆਂ ਗੱਲਾਂ ਜਦੋਂ ਉਹਨਾਂ ਨਾਲ ਮੈਂ ਗੱਲ ਕਰੀਆਂ ਵੀ ਆਪਾਂ ਇਹਨਾਂ ਨੂੰ ਜਿਹੜਾ ਉਹਨਾਂ ਨੇ ਕਿਹਾ ਵੀ ਗ੍ਰੀਨ ਸਿਟੀ ਬਣਾਣਾ ਮੈਨੂੰ ਬੜੀ ਉਹਨਾਂ ਦੀ ਗੱਲ ਜੱਚੀ ਔਰ ਇਸ ਤਰ੍ਹਾਂ ਹੀ ਉਹਨਾਂ ਨੇ ਮੈਨੂੰ ਆ ਕੇ ਮੈਨੂੰ ਪੂਰਾ ਮਾਨ ਸਨਮਾਨ ਦੇ ਨਾਲ ਮੈਨੂੰ ਉਹਨਾਂ ਨੇ ਪਾਰਟੀ 'ਚ ਆਪਣੇ ਜੁਆਇਨ ਕਰਾਇਆ ਔਰ ਮੈਨੂੰ ਇਹ ਵਿਸ਼ਵਾਸ ਦਿਲਾਇਆ ਕਿ ਮੰਟੂ ਪੋਹਜਾ ਮੇਰੀ ਮਿਸਿਸ ਸੋਨੀਆ ਪੋਹਜਾ ਜੋ ਐਮਸੀ ਨੇ ਵੀ ਆਪਾਂ ਰਲ ਮਿਲ ਕੇ ਆਪਣੇ ਸ਼ਹਿਰ ਦੀ ਬਿਹਤਰੀ ਲਈ ਵੱਧ ਤੋਂ ਵੱਧ ਜਿਹੜੇ ਕੰਮਕਾਰ ਨੇ ਕਰਾਵਾਂਗੇ ਔਰ ਵਧੀਆ ਆਪਣੇ ਸ਼ਹਿਰ ਨੂੰ ਸੁੰਦਰ ਬਣਾਵਾਂਗੇ ਗੱਲਬਾਤ ਕੀਤੀ ਜਾ ਰਹੀ ਹੈ ਸ਼ਹਿਰ ਨੂੰ ਸੁੰਦਰ ਬਣਾਵਾਂਗੇ ਪਰ ਦੂਜੇ ਪਾਸੇ ਹੀ ਪਹਿਲਾ ਵਾਲੇ ਟਾਈਮਾਂ ਦੇ ਵਿੱਚ ਵੀ ਕਹਿੰਦੇ ਸੀ ਕਿ ਨਾਬਾ ਬਿਊਟੀਫੁੱਲ ਬਣਾਤਾ ਕੀ ਲੱਗਦਾ ਹੈ ਕਿ ਹੁਣ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ ਕਿ ਪਹਿਲਾਂ ਨਹੀਂ ਬਣ ਸਕਿਆ ਉਹ ਚੀਜ਼ ਦੇਖੋ ਮੈਂ ਤੁਹਾਨੂੰ ਸੀਜੀ ਜੀ ਕੋਈ ਗੱਲ ਕਹੂੰਗਾ ਦੇਖੋ ਪਹਿਲਾਂ ਸਾਨੂੰ ਵੀ ਦੇਖੋ ਸੁਣਦੇ ਨੂੰ ਕਿੰਨੇ ਸਾਲ ਹੋ ਗਏ ਆਪਾਂ ਕਹਿੰਦੇ ਆ ਵੀ 70 ਸਾਲ ਹੋ ਗਏ ਸਰਕਾਰਾਂ ਆਈਆਂ ਗਈਆਂ ਕਦੇ ਕਿਹੜੀ ਸਰਕਾਰ ਕਦੇ ਕਿਹੜੀ ਸਰਕਾਰ ਨਵੀਂ ਸਰਕਾਰ ਨੂੰ ਇੱਕ ਪਹਿਲੀ ਵਾਰ ਮੌਕਾ ਮਿਲਿਆ ਹੈਗਾ ਦੇਖੋ ਜਿਹੜਾ ਆਪਾਂ ਹੁਣ ਦੇਖ ਰਿਹਾ ਔਰ ਇੰਨਾ ਜ਼ਿਆਦਾ ਬਦਲਾਅ ਲੋਕਾਂ ਨੇ ਵੀ ਵੱਧ ਚੜ ਕੇ ਆਤ ਕੀ ਦੇਖੋ ਬਦਲਾਅ ल्या ਦਿੰਦਾ ਔਰ ਆਪਾਂ ਦੇਖ ਰਿਹਾ ਵੀ ਇੰਨੀਆਂ ਸੀਟਾਂ ਆਈਆਂ ਇੱਕੋ ਹੀ ਪਾਸਾ ਹੋ ਗਿਆ ਔਰ ਮੈਨੂੰ ਇਸ ਗੱਲ ਦਾ ਲੱਗਦਾ ਵੀ ਜਿਹੜੀ ਇੰਨਾ ਜ਼ਿਆਦਾ ਇਹ ਬਦਲਾਅ ਇਹ ਸੋਚ ਨੂੰ ਹੋਇਆ ਜਿਹੜੀ ਹੁਣ ਨਵੀਂ ਸੋਚ ਲੈ ਕੇ ਆਈਆਂ ਨਵੀਆਂ ਉਮੀਦਾਂ ਨੇ ਵਿਸ਼ਵਾਸ ਤਾਂ ਆਪਾਂ ਨੂੰ ਕਰਨਾ ਪੋਗਾ ਪਹਿਲਾਂ ਤਾਂ ਨਹੀਂ ਬਣਿਆ ਹੁਣ ਲੱਗ ਰਿਹਾ ਜੋ ਇਹਨਾਂ ਨੇ ਦੇਖੋ ਵਾਅਦੇ ਕੀਤੇ ਨੇ ਸਰਕਾਰ ਨੇ ਜੋ ਆਪਾਂ ਦੇਖ ਰਿਹਾ ਔਰ ਦਿਨ ਬਰ ਦਿਨ ਜਿਵੇਂ ਆਪਾਂ ਸਾਡੇ ਜਿਹੜੇ ਹੁਣ ਹ ਹੁਣ ਕਹਿ ਲਓ ਇਹ ਤਾਂ ਪੰਜਾਬ ਦੇ ਹੀ ਸੀਐਮ ਨੇ ਭਗਵੰਤ ਮਾਨ ਜੀ ਦੇ ਵੀ ਗੱਲਾਂ ਆਪਾਂ ਜੋ ਵਿਚਾਰ ਸੁਣਦੇ ਆ ਜਾਂ ਦਿੱਲੀ ਦੀ ਜੋ ਆਪਾਂ ਦੇਖ ਰਿਆਂ ਵੀ ਕਿਸ ਤਰ੍ਹਾਂ ਕਿਸ ਤਰ੍ਹਾਂ ਉੱਥੇ ਮੈਡੀਕਲ ਦੇ ਬਾਰੇ ਦੇਖਦੇ ਆ ਹੈਲਥ ਬਾਰੇ ਦੇਖਦੇ ਆ ਤਾਂ ਉਹ ਚੀਜ਼ਾਂ ਲੋਕਾਂ ਦੇ ਵਿੱਚ ਕਿੱਥੇ ਨਾ ਕਿੱਥੇ ਘਰ ਕਰਦੀਆਂ ਨੇ ਵੀ ਉੱਥੇ ਜੇ ਹੋ ਸਕਦਾ ਤਾਂ ਇੱਥੇ ਕਿਉਂ ਨਹੀਂ ਤੇ ਇਸ ਕਰਕੇ ਅਸੀਂ ਵੀ ਆਪਣੇ ਤੰਦ ਹੀ ਨਾਲ ਦਿਲੋਂ ਆਪਣੇ ਵੱਲੋਂ ਜਿਹੜੀ ਵੀ ਸਾਡੀ ਮਾਨ ਸਾਹਿਬ ਸਾਡੀ ਡਿਊਟੀ ਲਗਾਣ ਗਿਆ ਸੀ ਵੱਧ ਤੋਂ ਵੱਧ ਉਹਨਾਂ ਦਾ ਸਾਥ ਦੇਵਾਂਗੇ ਔਰ ਆਪਣੇ ਸ਼ਹਿਰ ਦੀ ਬਿਹਤਰੀ ਲਈ ਆਪਣੇ ਵਾਰਡ ਦੀ ਬਿਹਤਰੀ ਲਈ ਪੂਰਾ ਦਿਨ ਰਾਤ ਇੱਕ ਕਰਕੇ ਜਿਹੜਾ ਕਿ ਬਦਲਾਅ ਹੁਣ ਲੋਕਾਂ ਨੇ ਲਿਆਂਦਾ ਹੈ ਹੁਣ ਬਦਲਾਅ ਦਾ ਜਿਹੜਾ ਕੰਮ ਹੈ ਉਹ ਸਾਡਾ ਹੈ ਸਾਨੂੰ ਆਪਸ ਵਿੱਚ ਆਪਣੇ ਭਾਈਚਾਰਾ ਨੂੰ ਐਮਸੀ ਭਾਈਚਾਰਾ ਹੋ ਗਿਆ ਸਾਰੇ ਨੂੰ ਜਿਨ੍ਹਾਂ ਵੀ ਮਤਵਲ ਕੀ ਨਾਲ ਸਾਡੇ ਮੈਂਬਰ ਜੁੜੇ ਹੋਏ ਨੇ ਅਸੀਂ ਰਲ ਮਿਲ ਕੇ ਆਪਣੇ ਸ਼ਹਿਰ ਨੂੰ ਸਾਫ਼ ਸੁਥਰਾ ਕਲੀਨ ਬਣਾਈਏ ਜਿਹੜਾ ਕਿ ਆਪਣਾ ਸ਼ਹਿਰ ਬਹੁਤ ਸਾਫ਼ ਸੁਥਰਾ ਵਧੀਆ ਬਣ ਸਕਦਾ ਮੈਂ ਗੱਲ ਕਰਦਾ ਆਪਾਂ ਐਮਸੀ ਦੀ ਇਲੈਕਸ਼ਨ ਤੋਂ ਪਹਿਲਾਂ ਵੀ ਗੱਲਬਾਤ ਕਰੀਏ ਤੁਸੀਂ ਸਮਾਜ ਸੇਵਾ ਦੀ ਵੀ ਪਹਿਲਾਂ ਕਾਫੀ ਕੰਮ ਕਰਦੇ ਸੀ ਉਹ ਹੁਣ ਵੀ ਜਾਰੀ ਰਹੂਗਾ ਜਿਵੇਂ ਜੋ ਤੁਸੀਂ ਪਹਿਲਾਂ ਪ੍ਰੋਗਰਾਮ ਰੱਖੇ ਜਾਂਦੇ ਸੀ ਸਮਾਜ ਸੇਵਾ ਨੂੰ ਲੈ ਕੇ ਜਿਵੇਂ ਕੋਈ ਸਾਈਕਲ ਰੇਸ ਜਾਂ ਸਾਰੇ ਬੱਚਿਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਲਗਾ ਕੇ ਸਫਾਈ ਕਰਦੇ ਹੁੰਦੇ ਸੀ ਉਹ ਹੁਣ ਵੀ ਜਾਰੀ ਰੱਖੋਗੇ ਸਿਜਾ ਜੀ ਤੁਸੀਂ ਬੜੀ ਵਧੀਆ ਗੱਲ ਕਰ ਲਈ ਮੇਰੇ ਦਿਲ ਦੀ ਇੱਕ ਗੱਲ ਸੀ ਜਿਵੇਂ ਕਹਿ ਲਓ ਹੈ ਨਾ ਦੇਖੋ ਪਤਾ ਕਿ ਕਰਨਾ ਮੈਂ ਤਾਂ ਦੇਖੋ ਕਰਦਾ ਹੀ ਸੀਗਾ ਤੁਸੀਂ ਗੱਲ ਜਿਹੜੀ ਕਹਿ ਰਹੇ ਹੋ ਕੋਸ਼ਿਸ਼ ਕਰਦਾ ਸੀ ਹੁਣ ਇਹ ਗੱਲਾਂ ਹੁੰਦੀਆਂ ਨੇ ਵੀ ਆਪਾਂ ਕੋਈ ਵਾਰ ਕੁਝ ਕਰਨਾ ਚਾਹੁੰਦੇ ਹਾਂ ਤੇ ਅੱਗੇ ਆਪਾਂ ਨੂੰ ਕੋਈ ਸਾਥ ਨਹੀਂ ਮਿਲਦਾ ਹੁਣ ਮੈਂ ਜੋ ਦੇਖ ਰਿਹਾ ਮੈਂ ਰਾਤ ਦੀ ਉਹ ਤੁਹਾਨੂੰ ਇੱਕ ਗੱਲ ਦੱਸ ਰਿਹਾ ਮੇਰੀ ਮਾਨ ਸਾਹਿਬ ਨਾਲ ਗੱਲ ਹੋਈ ਵੀ ਆਪਾਂ ਨੇ ਇੱਕ ਸਾਈਕਲ ਟੀਮ ਬਣਾ ਕੇ ਆਪਾਂ ਨੇ ਆਪ ਵੀ ਆਪਾਂ ਸਾਈਕਲ ਦੀ ਇੱਕ ਟੀਮ ਬਣਾ ਕੇ ਇਕੱਠੇ ਸਵੇਰੇ ਸਵੇਰੇ ਜਿਹੜੀ ਕਿ ਸਾਈਕਲ ਰੇਸ ਵੀ ਚਲਾਣੀ ਹੈਗੀ ਤੇ ਮੈਨੇ ਉੱਥੇ ਹੀ ਆਪਣੀ ਗੱਲ ਰੱਖੀ ਵੀ ਮਾਨ ਸਾਹਿਬ ਮੈਂ ਸਾਲក ਪਹਿਲਾਂ ਇੱਕ ਸਾਈਕਲ ਰੇਸ ਵੀ ਕਰਾਈ ਮੈਨੇ ਪਿੱਛੇ ਹੋਰ ਵੀ ਸੋਸ਼ੀਅਲੀ ਜਿਹੜੇ ਕੰਮ ਨੇ ਚਲੋ ਮੈਨੂੰ ਸ਼ੌਂਕ ਵੀ ਹੈਗਾ ਇਸ ਚੀਜ਼ਾਂ ਦਾ ਤੇ ਮੈਂ ਕਿਹਾ ਮਾਨ ਸਾਹਿਬ ਆਪਾਂ ਸਾਈਕਲ ਰੇਸ ਮੈਂ ਪਹਿਲਾਂ ਕਰਾਈ ਸੀ ਕਹਿੰਦੇ ਫਿਰ ਤਾਂ ਕਹਿੰਦੇ ਦੁਬਾਰਾ ਕਰਾਓ ਜੀ ਜਲਦੀ ਤੋਂ ਜਲਦੀ ਇਹਦੀ ਤਿਆਰੀ ਕਰੋ ਔਰ ਮੈਨੂੰ ਬੜਾ ਵਧੀਆ ਲੱਗਦਾ ਹੈਗਾ ਦੇਖੋ ਪਤਾ ਕੀ ਹੈ ਆਪਾਂ ਉਹੀ ਪੁਰਾਣੀਆਂ ਗੱਲਾਂ 'ਚ ਚੱਲਦੀ ਜਾ ਰਿਆਂ ਕਦੇ ਨਾਲੀਆਂ ਦੀਆਂ ਕਦੇ ਲਾਈਟਾਂ ਦੀਆਂ ਕਦੇ ਸੜਕਾਂ ਦੀਆਂ ਉਹ ਤੋਂ ਹਟ ਕੇ ਆਪਾਂ ਨੂੰ ਅੱਗੇ ਵਧਣਾ ਚਾਹੀਦਾ ਹੈਗਾ ਸ਼ਹਿਰ ਦੀ ਬਿਹਤਰੀ ਲਈ ਸਪੋਰਟਸ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈਗਾ ਜਿਹੜਾ ਕੀ ਹੈਗਾ ਵੀ ਬੱਚਿਆਂ ਦਾ ਜਿਹੜਾ ਆਪਾਂ ਦੇਖ ਰਿਹਾ ਗਿਆ ਵੀ ਸਕੂਲਾਂ ਦਾ ਇੰਨਾ ਜ਼ਿਆਦਾ ਮਤਲਬ ਕੀ ਦਬਾਅ ਆ ਜਾਂਦਾ ਹੈਗਾ ਬੱਚਿਆਂ ਤੇ ਬੱਚੇ ਕੁਝ ਨਹੀਂ ਕਰ ਪਦੇ ਬੱਚਿਆਂ ਦੀ ਐਕਟੀਵਿਟੀ ਨੂੰ ਦੇਖਦੇ ਹੋਏ ਦੇਖੋ ਮੇਰਾ ਬੜਾ ਮਨ ਕਰਦਾ ਹੈਗਾ ਵੀ ਵੱਧ ਤੋਂ ਵੱਧ ਜਿਹੜੇ ਕੋਈ ਪ੍ਰੋਗਰਾਮ ਨੇ ਬੱਚਿਆਂ ਦੀ ਐਕਟੀਵਿਟੀ ਲਈ ਔਰ ਗਰਾਊਂਡਾਂ ਦੇ ਵਿੱਚ ਹੋਣੇ ਚਾਹੀਦੇ ਨੇ ਔਰ ਮੈਂ ਮਾਨ ਸਾਹਿਬ ਨੂੰ ਵੀ ਇਹ ਗੱਲ ਕਰਾਂਗਾ ਕਿ ਮੇਰੇ ਮਹੱਲੇ ਦੇ ਵਿੱਚ ਕਿ ਜੇ ਕੋਈ ਗਰਾਊਂਡ ਦੀ ਮੇਰੇ ਕੋਲ ਜਗ੍ਹਾ ਹੈਗੀ ਆ ਵੀ ਉਹਨਾਂ ਦੇ ਸਾਥ ਨਾਲ ਮੈਂ ਉਹਨੂੰ ਗਰਾਊਂਡ ਨੂੰ ਵਧੀਆ ਇੱਕ ਗਰਾਊਂਡ ਬਣਾਉਣਾ ਚਾਹੁੰਦਾ ਮੈਂ ਆਪਣੇ ਵਾਰਡ ਦੇ ਵਿੱਚ ਤੇ ਬਾਕੀ ਵੀ ਜਿਹੜੇ ਮੈਂ ਕਹਿੰਦਾ ਨਵੇਂ ਗਰਾਊਂਡ ਵੀ ਬਣੇ ਨੇ ਪਿੱਛੇ پارک ਬਣੇ ਨੇ ਮੈਂ ਕਹਿੰਦਾ ਵੀ ਜਿਹੜੇ پارک ਪਹਿਲਾਂ ਆਲਰੇਡੀ ਹੈਗੇ ਨੇ ਪਹਿਲਾਂ ਆਪਾਂ ਉਹਨਾਂ ਨੂੰ ਸੰਭਲ ਲਈਏ ਤਾਂ ਆਪਾਂ ਨਵੇਂ ਵੱਲ ਨੂੰ ਜਾਈਏ ਚਾਹੇ ਉਹ ਮੇਰੇ ਵਾਰਡ ਦੇ ਵਿੱਚ ਆਉ ਚਾਹੇ ਕਿਸੇ ਦੇ ਵਾਰਡ ਚ ਪਹਿਲਾਂ ਉਹ ਪਾਰਕਾਂ ਨੂੰ ਉਹ ਗਰਾਊਂਡਾਂ ਨੂੰ ਸੰਭਲਣਾ ਚਾਹੀਦਾ ਹੈਗਾ ਉਹਨਾਂ ਨੂੰ ਠੀਕ ਕਰਨਾ ਚਾਹੀਦਾ ਜਿਹੜਾ ਕਿ ਵਾਤਾਵਰਣ ਸਾਫ਼ ਸੁਥਰਾ ਰਹੇ ਔਰ ਬੱਚੇ ਉੱਥੇ ਜਾ ਕੇ ਖੇਡ ਸਕਣ ਔਰ ਵਧੀਆ ਬੱਚਿਆਂ ਲਈ ਜਿਹੜੇ ਕਿ ਹੈਲਥ ਮਿਲੇ ਜਿਹੜੀ ਕਿਸਾਨ ਮੋਨਟੂ ਪੂਜਾ ਜੀ ਦੂਜੇ ਪਾਸੇ ਹੀ ਲੋਕਾਂ ਦੀ رائے ਵੀ ਇਹਨਾਂ ਨੇ ਲੈ ਕੇ ਫਿਰ ਪਾਰਟੀ ਜੁਆਇਨ ਕੀਤੀ ਜਿਵੇਂ ਇਹਨਾਂ ਦਾ ਕਹਿਣਾ ਹੈ ਬਾਕੀ ਆਪਣੀ رائے ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਜਿਵੇਂ ਪਹਿਲਾਂ ਸੋਸ਼ਲ ਵਰਕ ਇਹਨਾਂ ਵੱਲੋਂ ਕਰਾਇਆ ਜਾਂਦਾ ਸੀ ਉਹ ਦੁਬਾਰਾ ਤੋਂ ਇਹਨਾਂ ਦੀ ਇੱਛਾ ਹੈ ਤੇ ਉਹ ਪੂਰੀ ਵੀ ਹੋਵੇ ਤੇ ਦੂਜੇ ਪਾਸੇ ਆਪਣੀ رائے ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਓ ਤੇ ਮੈਨੂੰ ਦੋ ਇਜਾਜ਼ਤ ਮੈਂ ਤੁਹਾਡਾ ਆਪਣਾ ਸੀਜੇ ਸਿੰਘ ਤੁਸੀਂ ਵੇਖਦੇ ਹੋ ਰੋਜ਼ਾਨਾ ਮੈਂ ਇੱਕ ਪੰਜਾਬ